ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 1 ਜੁਲਾਈ 2024। ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 1 ਜੁਲਾਈ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ, ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੀ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਜਿਹੜੇ ਵੀ ਸਟੂਡੈਂਟਸ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ। ਹਾਲ ਹੀ ਵਿੱਚ 17 ਸਾਲਾਂ ਬਾਅਦ ਕਿਹੜੇ ਦੇਸ਼ ਨੇ T20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ? ਹਾਂਜੀ, 17 ਸਾਲਾਂ ਬਾਅਦ T20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸਾਡੇ ਦੇਸ਼ ਭਾਰਤ ਨੇ। ਬੈਸਟ ਇੰਡੀਜ਼ ਨੂੰ ਹਰਾ ਕੇ 7 ਦੌੜਾਂ ਦੇ ਨਾਲ ਬੈਸਟ ਇੰਡੀਜ਼ ਨੂੰ ਹਰਾਇਆ, ਜਾਣੀ ਕਿ ਦੱਖਣੀ ਅਫਰੀਕਾ ਨੂੰ 7 ਦੌੜਾਂ ਦੇ ਨਾਲ ਹਰਾ ਕੇ ਭਾਰਤ ਨੇ T20 2024 ਦਾ ਖਿਤਾਬ ਜਿੱਤਿਆ, ਵਰਲਡ ਕੱਪ ਜਿੱਤਿਆ, ਵਰਲਡ ਕੱਪ ਦਾ ਚੈਂਪੀਅਨ ਬਣਿਆ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਦੇਖੋ, ਭਾਰਤ ਨੇ ODI ਜਾਣੀ ਕਿ ਵਨਡੇ ਇੰਟਰਨੈਸ਼ਨਲ 1983 ਦੇ ਵਿੱਚ ਜਿੱਤਿਆ, ਉਸ ਤੋਂ ਬਾਅਦ 2011 ਦੇ ਵਿੱਚ ਜਿੱਤਿਆ। ਠੀਕ ਹੈ, ਅਤੇ ਜੇਕਰ ਅਸੀਂ ਗੱਲ ਕਰੀਏ 2011 ਦੀ ਤਾਂ 2011 ਤੋਂ ਬਾਅਦ ਹੁਣ 2024 ਦੇ ਵਿੱਚ ਜਿੱਤਿਆ, ਉਸ ਹਿਸਾਬ ਨਾਲ ਬਣਦੇ ਆ ਜੀ 13 ਸਾਲ। ਪਰ ਜੇਕਰ ਇੱਥੇ ਗੱਲ ਕਰੀਏ ਸਿਰਫ T20 ਦੀ ਤਾਂ 2007 ਦੇ ਵਿੱਚ ਭਾਰਤ ਨੇ T20 ਵਰਲਡ ਕੱਪ ਜਿੱਤਿਆ ਸੀ, ਉਸ ਤੋਂ ਬਾਅਦ 2024 ਦੇ ਵਿੱਚ T20 ਵਰਲਡ ਕੱਪ ਜਿੱਤਿਆ। ਇਸ ਅਕੋਰਡਿੰਗ 17 ਸਾਲ ਬਣਦੇ ਆ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਚਾਹੇ ਤੁਹਾਨੂੰ ਇੱਥੇ 13 ਸਾਲ ਆ ਜਾਏ ਜਾਂ ਫਿਰ 17 ਸਾਲ ਆ ਜਾਏ, ਆਂਸਰ ਸੇਮ ਹੋਊਗਾ, ਕਿਉਂਕਿ 13 ਸਾਲ 2011 ਦੇ ਹਿਸਾਬ ਨਾਲ ਬਣਾਇਆ ਜਾ ਰਿਹਾ। 2011 ਦੇ ਵਿੱਚ ਭਾਰਤ ਨੇ ODI ਵਰਲਡ ਕੱਪ ਜਿੱਤਿਆ ਸੀ, T20 ਵਰਲਡ ਕੱਪ 2007 'ਚ ਜਿੱਤਿਆ ਸੀ ਲਾਸਟ ਟਾਈਮ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਆਪਸ਼ਨ ਬੀ ਇੱਥੇ ਭਾਰਤ ਆ, ਅਤੇ ਭਾਰਤ ਦੀ 2024 ਦੀ ਇੰਡੀਆ ਦੀ ਜਿਹੜੀ ਟੀਮ ਆ T20 ਵਿਸ਼ਵ ਕੱਪ ਦੀ, ਇਸਦੇ ਕਪਤਾਨ ਕੌਣ ਆ? ਰੋਹਿਤ ਸ਼ਰਮਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇੰਪੋਰਟੈਂਟ ਆ ਤੁਹਾਡੇ ਲਈ। ਹਾਂਜੀ, ਇੱਥੇ ਮੈਂ ਇੰਪੋਰਟੈਂਟ ਫੈਕਟ ਲਿਖੇ ਹੋਏ ਆ। ਅਤੇ T20 ਵਰਲਡ ਕੱਪ 2024 ਦੇ ਵਿੱਚ ਪਲੇਅਰ ਆਫ ਦਾ ਮੈਚ ਬਣੇ ਆ ਵਿਰਾਟ ਕੋਹਲੀ, ਅਤੇ ਪਲੇਅਰ ਆਫ ਦਾ ਟੂਰਨਾਮੈਂਟ ਬਣੇ ਆ ਜਸਪ੍ਰੀਤ ਬੁਮਰਾਹ। ਨੈਕਸਟ ਹੈ, ਉੱਤਰ ਪ੍ਰਦੇਸ਼ ਹਾਲ ਹੀ ਵਿੱਚ ਬਾਇਓਪਲਾਸਟਿਕ ਪਾਰਕ ਕਿੱਥੇ ਸਥਾਪਿਤ ਕਰੇਗਾ? ਹਾਂਜੀ, ਉੱਤਰ ਪ੍ਰਦੇਸ਼ ਰੀਸੈਂਟਲੀ ਬਾਇਓਪਲਾਸਟਿਕ ਪਾਰਕ ਸਥਾਪਿਤ ਕਰੇਗਾ, ਅਤੇ ਇਹ ਪਾਰਕ ਉੱਤਰ ਪ੍ਰਦੇਸ਼ ਦੇ ਵਿੱਚ ਲਖੀਮਪੁਰੀ ਖੇੜੀ ਦੇ ਵਿੱਚ ਸਥਾਪਿਤ ਕੀਤੀ ਜਾਵੇਗੀ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਅਤੇ ਇਹ ਬਾਇਓਪਲਾਸਟਿਕ ਪਾਰਕ ਆ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ। ਤੁਹਾਨੂੰ ਪੁੱਛ ਸਕਦੇ ਆ ਕਿ ਬਾਇਓਪਲਾਸਟਿਕ ਪਾਰਕ ਕਿਹੜੇ ਰਾਜ ਦੇ ਵਿੱਚ ਬਣੀ, ਤਾਂ ਉੱਤਰ ਪ੍ਰਦੇਸ਼ ਇੱਥੇ ਰਾਈਟ ਆਂਸਰ ਹੋਵੇਗਾ। ਠੀਕ ਹੈ, ਕਿੱਥੇ ਬਣੀ ਆ? ਲਖੀਮਪੁਰ ਖੇੜੀ ਦੇ ਵਿੱਚ ਬਣੀ ਆ। ਤਾਂ ਹੁਣ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼, ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ, ਚੀਫ ਮਿਨਿਸਟਰ ਆ ਯੋਗੀ ਆਦਿੱਤਿਆਨਾਥ, ਗਵਰਨਰ ਆ ਆਨੰਦੀਬੈਨ ਪਟੇਲ। ਉੱਤਰ ਪ੍ਰਦੇਸ਼ ਦੇ ਵਿੱਚ ਦੁਧਵਾ ਨੈਸ਼ਨਲ ਪਾਰਕ ਆ, ਇਹ ਚੀਤਿਆਂ ਦੇ ਲਈ ਫੇਮਸ ਆ। ਇੱਥੋਂ ਦੇ ਫੇਮਸ ਲੋਕ ਨਾਚ ਆ ਝੋਰਾ, ਨੁਟੰਕੀ, ਕਜ਼ਰੀ। ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼। ਭਾਰਤ ਵਿੱਚ ਕੰਪਰੈਸਡ ਬਾਇਓਗੈਸ ਉਤਪਾਦਨ ਵਿੱਚ ਉੱਤਰ ਪ੍ਰਦੇਸ਼ ਟੌਪ 'ਤੇ ਰਿਹਾ। ਉੱਤਰ ਪ੍ਰਦੇਸ਼ ਵਿੱਚ ਵਿਸ਼ਵ ਦਾ ਪਹਿਲਾ ਏਸ਼ੀਅਨ ਕਿੰਗ ਬੁਲਚਰ ਬਰੀਡਿੰਗ ਸੈਂਟਰ ਸਥਾਪਿਤ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਦੀ ਈ ਰਿਕਸ਼ਾ ਚਾਲਕ ਆਰਤੀ UK ਨੇ ਸਸ਼ਕਤੀਕਰਨ ਅਵਾਰਡ ਪ੍ਰਾਪਤ ਕੀਤਾ। ਮਥੁਰਾ ਦੇ ਮਸ਼ਹੂਰ ਸਾਂਝੀ
ਕਰਾਫਟ ਨੂੰ GI ਟੈਗ ਮਿਲਿਆ। ਨੈਕਸਟ ਹੈ, ਕਿਹੜਾ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਬਣਿਆ? ਹਾਂਜੀ, ਦੁਨੀਆ ਦਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਬਣਿਆ ਅਮੈਰੀਕਾ। ਅਮੈਰੀਕਾ ਟੋਪ 'ਤੇ ਆ, ਸੈਕਿੰਡ 'ਤੇ ਬਣਿਆ ਮਾ ਚੀਨ ਅਤੇ ਥਰਡ 'ਤੇ ਬਣਿਆ ਭਾਰਤ। ਜਾਣੀ ਕਿ ਸਾਡਾ ਦੇਸ਼ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਬਣਿਆ। ਨੈਕਸਟ ਹੈ, ਭਾਰਤ ਦੀ ਗ੍ਰੀਨ ਹਾਈਡਰੋਜਨ ਮੁਹਿੰਮ ਲਈ ਕਿਸ ਬੈਂਕ ਨੇ ਹਾਲ ਹੀ ਵਿੱਚ 1.5 ਬਿਲੀਅਨ ਦਾ ਕਰਜ਼ਾ ਮਨਜ਼ੂਰ ਕੀਤਾ ਹੈ? ਹਾਂਜੀ, ਭਾਰਤ ਦੀ ਗ੍ਰੀਨ ਹਾਈਡਰੋਜਨ ਮੁਹਿੰਮ ਦੇ ਲਈ ਵਰਲਡ ਬੈਂਕ ਨੇ 1.5 ਬਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਵਰਲਡ ਬੈਂਕ ਦੀ ਸਥਾਪਨਾ ਕਦੋਂ ਹੋਈ? 1944 ਦੇ ਵਿੱਚ। ਇਸ ਦਾ ਹੈੱਡਕੁਆਰਟਰ ਕਿੱਥੇ ਆ? ਵਾਸ਼ਿੰਗਟਨ DC ਦੇ ਵਿੱਚ ਆ, ਅਤੇ ਇਸ ਦੇ ਪ੍ਰੈਜ਼ੀਡੈਂਟ ਆ ਅਜੇ ਬੰਗਾ। ਠੀਕ ਹੈ, ਹੁਣ ਦੇਖੋ ਇੱਥੇ ਤੁਸੀਂ 1944 ਲਿਖਿਆ ਦੇਖ ਕੇ ਸਮਝੋ, ਆਰਟੀਕਲ 44 ਕਿਹਦੇ ਨਾਲ ਰਿਲੇਟਿਡ ਆ? ਯੂਨੀਫਾਰਮ ਸਿਵਲ ਕੋਡ ਦੇ ਨਾਲ ਰਿਲੇਟਿਡ ਆ। ਆਰਟੀਕਲ 44 ਦੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਆ ਯੂਨੀਫਾਰਮ ਸਿਵਲ ਕੋਡ ਦੇ ਬਾਰੇ, ਜਿਹੜਾ ਕਿ ਰੀਸੈਂਟਲੀ ਲਾਗੂ ਹੋਇਆ ਅਤੇ ਇਸ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਉੱਤਰ ਪ੍ਰਦੇਸ਼, ਸੋਰੀ ਉੱਤਰਾਖੰਡ, ਉੱਤਰਾਖੰਡ ਬੋਲਣਾ ਸੀ। ਠੀਕ ਹੈ, ਉੱਤਰਾਖੰਡ ਪਹਿਲਾ ਰਾਜ ਬਣਿਆ ਵਾ। ਸੋ ਇਹ ਤੁਹਾਡੇ ਲਈ ਇੰਪੋਰਟੈਂਟ ਆ, ਕਲੀਅਰ? ਇਹ ਪੇਪਰ ਦੇ ਵਿੱਚ ਆ ਜਾਂਦਾ ਵਾ, ਅਤੇ 2023 ਦੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆਇਆ ਹੋਇਆ ਵਾ। ਹੁਣ ਵੀ ਆਉਣ ਦੇ ਚਾਂਸ ਆ, ਕਿਉਂਕਿ ਹੁਣ ਇਹ ਲਾਗੂ ਹੋਇਆ ਸੀ 2024 'ਚ। ਨੈਕਸਟ ਹੈ, ਹਾਲ ਹੀ ਵਿੱਚ ਟੈੱਕ ਮਹਿੰਦਰਾ ਗਲੋਬਲ ਸ਼ਤਰੰਜ ਲੀਗ ਦੇ ਦੂਜੇ ਐਡੀਸ਼ਨ ਦੀ ਮੇਜ਼ਬਾਨੀ ਕੌਣ ਕਰੇਗਾ? ਹਾਂਜੀ, ਟੈੱਕ ਮਹਿੰਦਰਾ ਗਲੋਬਲ ਸ਼ਤਰੰਜ ਲੀਗ ਦੇ ਦੂਜੇ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ ਲੰਡਨ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਹਾਲ ਹੀ ਵਿੱਚ ਮਾਈਕਰੋਸੋਫਟ ਟ੍ਰੇਨਿੰਗ ਸਰਵਿਸਿਜ਼ ਪਾਰਟਨਰ ਆਫ ਦੀ ਈਅਰ ਅਵਾਰਡ ਕਿਸ ਨੇ ਜਿੱਤਿਆ? ਮਾਈਕਰੋਸੋਫਟ ਟ੍ਰੇਨਿੰਗ ਸਰਵਿਸਿਜ਼ ਪਾਰਟਨਰ ਆਫ ਦੀ ਈਅਰ ਅਵਾਰਡ ਜਿੱਤਿਆ ਵਾ ਕਲਾਊਡ ਦੈਟ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਸਰਹੱਦ ਪਾਰ ਔਨਲਾਈਨ ਭੁਗਤਾਨ ਲਈ ਇੱਕ ਸਮਝੌਤੇ 'ਤੇ ਸਾਈਨ ਕੀਤੇ ਹਨ? ਹਾਂਜੀ, ਭਾਰਤ ਅਤੇ ਨੇਪਾਲ ਦੇਸ਼ ਨੇ ਸਰਹੱਦ ਪਾਰ ਔਨਲਾਈਨ ਭੁਗਤਾਨ ਦੇ ਲਈ ਇੱਕ ਸਮਝੌਤੇ 'ਤੇ ਸਾਈਨ ਕੀਤੇ ਆ। ਦੇਖੋ, ਭਾਰਤ ਅਤੇ ਨੇਪਾਲ ਨੇ ਕੀਤੇ ਆ, ਜਾਣੀ ਕਿ ਹੁਣ ਨੇਪਾਲ ਦੇ ਨਾਗਰਿਕ ਇਸ ਸਮਝੌਤੇ ਦੇ ਤਹਿਤ ਭਾਰਤ ਵਿੱਚ QR ਕੋਡ ਸਕੈਨ ਕਰਕੇ 1 ਲੱਖ ਰੁਪਏ ਤੱਕ ਦੀ ਪੇਮੈਂਟ ਕਰ ਸਕਦੇ ਆ। ਹੁਣ ਨੇਪਾਲ ਦੀ ਗੱਲ ਆ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ, ਨੇਪਾਲ ਭਾਰਤ ਦੇ ਨਾਲ ਹੱਦ ਲੱਗਦੀ ਆ। ਨੇਪਾਲ ਦੀ ਕੈਪੀਟਲ ਆ ਕਾਠਮਾਂਡੂ, ਕਰੰਸੀ ਆ ਨੇਪਾਲੀ ਰੁਪਈਆ, ਪ੍ਰਾਈਮ ਮਿਨਿਸਟਰ ਆ ਪੁਸ਼ਪ ਕਮਲ ਦਹਿਲ ਪ੍ਰਚੰਡ, ਪ੍ਰੈਜ਼ੀਡੈਂਟ ਆ ਰਾਮਚੰਦਰ ਪੌਂਡੇਲ। ਬਹੁਰਾਸ਼ਟਰੀ ਫੌਜੀ ਅਭਿਆਸ ਸ਼ਾਂਤੀ ਪ੍ਰਿਆਸ 4 ਨੇਪਾਲ ਵਿੱਚ ਸ਼ੁਰੂ ਹੋਇਆ। ਨੇਪਾਲ ਦੇ ਤਮਾਂਗ ਭਾਈਚਾਰੇ ਨੇ ਸੋਨਮ ਲੋਸਰ ਮੌਕੇ ਨਵਾਂ ਸਾਲ ਮਨਾਇਆ। ਅਗਲੇ 10 ਸਾਲਾਂ ਵਿੱਚ ਭਾਰਤ ਨੂੰ 10,000 ਮੈਗਾਵਾਟ ਬਿਜਲੀ ਨਿਰਯਾਤ ਨੇਪਾਲ ਕਰੇਗਾ। ਨੇਪਾਲ ਅਧਿਕਾਰਤ ਤੌਰ 'ਤੇ ਸਮਲਿੰਗੀ ਵਿਆਹ ਨੂੰ ਰਜਿਸਟਰਡ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ। ਨੈਕਸਟ ਹੈ, ਹਾਲ ਹੀ ਵਿੱਚ ਅੰਤਰਰਾਸ਼ਟਰੀ ਟ੍ਰੋਪੀਕਲ ਡੇ ਕਦੋਂ ਮਨਾਇਆ ਗਿਆ? ਅੰਤਰਰਾਸ਼ਟਰੀ ਟ੍ਰੋਪੀਕਲ ਡੇ ਮਨਾਇਆ ਗਿਆ ਜੀ 19 ਜੂਨ ਨੂੰ। ਦੁਨੀਆ ਭਰ ਦੇ ਵਿੱਚ ਟ੍ਰੋਪੀਕਲ ਦੇ ਖੇਤਰਾਂ ਦੇ ਮਹੱਤਵ ਨੂੰ ਪਹਿਚਾਨਣ ਦੇ ਲਈ ਅੰਤਰਰਾਸ਼ਟਰੀ ਟ੍ਰੋਪੀਕਲ ਡੇ ਮਨਾਇਆ ਗਿਆ। ਕਟੀਬੰਧ ਊਸ਼ਨ ਤੁਸੀਂ ਸੁਣਿਆ ਹੋਣਾ ਵਾ, ਠੀਕ ਹੈ, ਤਾਂ ਇਸਦੇ ਖੇਤਰਾਂ ਦੇ ਮਹੱਤਵ ਨੂੰ ਪਹਿਚਾਨਣ ਦੇ ਲਈ ਅੰਤਰਰਾਸ਼ਟਰੀ ਟ੍ਰੋਪੀਕਲ ਡੇ ਆ ਜਿਹੜਾ ਇਹ ਮਨਾਇਆ ਜਾਂਦਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, SCO ਜਾਣੀ ਕਿ ਸੰਘਾਈ ਕੋਓਪਰੇਸ਼ਨ ਔਰਗੇਨਾਈਜੇਸ਼ਨ, ਸੰਘਾਈ ਕੋਓਪਰੇਸ਼ਨ ਔਰਗੇਨਾਈਜੇਸ਼ਨ ਦਾ ਸੈਲਾਨਾ ਸਿਖਰ ਸੰਮੇਲਨ ਕਿੱਥੇ ਹੋਵੇਗਾ? ਹਾਂਜੀ, ਸੰਘਾਈ
ਕੋਪਰੇਸ਼ਨ ਆਰਗੇਨਾਈਜੇਸ਼ਨ, ਇਸ ਦੀ ਸਥਾਪਨਾ 2001 'ਚ ਹੋਈ ਸੀ ਅਤੇ ਹੁਣ ਇਸ ਦਾ ਸਲਾਨਾ ਸਿਖਰ ਸੰਮੇਲਨ ਹੋਣ ਜਾ ਰਿਹਾ ਜੀ ਅਸਥਾਨਾ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਸੰਯੁਕਤ ਰਾਸ਼ਟਰ ਵਿੱਚ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਹਾਲ ਹੀ ਵਿੱਚ ਕਿਸ ਦੇਸ਼ ਨੇ 11,60,000 ਡਾਲਰ ਦਾ ਯੋਗਦਾਨ ਦਿੱਤਾ ਹੈ? ਹਾਂਜੀ, ਸੰਯੁਕਤ ਰਾਸ਼ਟਰ ਵਿੱਚ ਹਿੰਦੀ ਨੂੰ ਉਤਸ਼ਾਹਿਤ ਕਰਨ ਦੇ ਲਈ ਸਾਡੇ ਦੇਸ਼ ਭਾਰਤ ਨੇ 11,60,000 ਡਾਲਰ ਦਾ ਯੋਗਦਾਨ ਦਿੱਤਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਇਹ ਯੋਗਦਾਨ ਭਾਰਤ ਨੇ ਦਿੱਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ। ਭਾਰਤ ਦੀ ਕੈਪੀਟਲ ਕੀ ਆ? ਨਵੀਂ ਦਿੱਲੀ। ਕਰੰਸੀ ਆ ਇੰਡੀਅਨ ਰੁਪਈਆ। ਪ੍ਰੈਜ਼ੀਡੈਂਟ ਆ ਦ੍ਰੌਪਦੀ ਮੁਰਮੂ। ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ, ਤੀਸਰੀ ਵਾਰ ਬਣੇ ਆ, ਠੀਕ ਹੈ। ਅਤੇ ਭਾਰਤ ਦੀ ਹੱਦ 7 ਦੇਸ਼ਾਂ ਦੇ ਨਾਲ ਲੱਗਦੀ ਆ। ਮੈਪ ਦੇ ਵਿੱਚ ਦੇਖੋ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਚੀਨ, ਬਰਮਾ, ਬੰਗਲਾਦੇਸ਼, ਭੂਟਾਨ। ਅਤੇ ਭਾਰਤ ਅਤੇ ਪਾਕਿਸਤਾਨ ਨੂੰ ਜਿਹੜੀ ਲਾਈਨ ਡਿਵਾਈਡ ਕਰਦੀ ਹੈ ਇਹਨੂੰ ਬੋਲਦੇ ਆ ਰੈੱਡ ਕਲੀਫ ਲਾਈਨ। ਸੇਮ ਇਸੇ ਤਰ੍ਹਾਂ ਅਫਗਾਨਿਸਤਾਨ ਅਤੇ ਭਾਰਤ ਨੂੰ ਜਿਹੜੀ ਲਾਈਨ ਡਿਵਾਈਡ ਕਰਦੀ ਆ ਇਹਨੂੰ ਬੋਲਦੇ ਆ ਜੀ ਡੁਰੰਡ ਲਾਈਨ, ਠੀਕ ਹੈ। ਅਤੇ ਚੀਨ ਅਤੇ ਭਾਰਤ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਬੋਲਦੇ ਆ ਮੈਕਮੋਹਨ ਲਾਈਨ, ਇਹ ਤੁਸੀਂ ਧਿਆਨ 'ਚ ਰੱਖਣਾ। ਜਨਸੰਖਿਆ ਦੇ ਪੱਖੋਂ ਭਾਰਤ ਪਹਿਲੇ ਨੰਬਰ 'ਤੇ ਆ। ਪੂਰੀ ਦੁਨੀਆ ਦੇ ਵਿੱਚ ਦਾਲਾਂ ਦੇ ਉਤਪਾਦਨ ਦੇ ਵਿੱਚ ਭਾਰਤ ਟੌਪ 'ਤੇ ਆ। ਅਰਥ ਵਿਵਸਥਾ ਵਿੱਚ 5ਵੇਂ ਸਥਾਨ 'ਤੇ ਆ। ਖੇਤਰਫਲ ਪੱਖੋਂ 7ਵਾਂ ਸਥਾਨ ਆ ਭਾਰਤ ਦਾ। ਭਾਰਤ ਦੇ ਮੱਧ ਵਿੱਚੋਂ ਕਰਕ ਰੇਖਾ ਲੰਘਦੀ ਆ, ਠੀਕ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਏਅਰਲਾਈਨ ਬਾਜ਼ਾਰ ਬਣਿਆ। ਭਾਰਤ ਅਤੇ ਕੰਬੋਡੀਆ ਵਿਚਕਾਰ ਸਿੱਧੀ ਅੰਤਰਰਾਸ਼ਟਰੀ ਉਡਾਨ ਸੇਵਾ ਸ਼ੁਰੂ ਹੋਈ। ਭਾਰਤ ਬਹੁਰਾਸ਼ਟਰੀ ਹਵਾਈ ਅਭਿਆਸ ਤਰੰਗ ਸ਼ਕਤੀ ਦੀ ਮੇਜ਼ਬਾਨੀ ਕਰੇਗਾ। ਭਾਰਤ ਆਪਣਾ ਡੂੰਘੇ ਸਮੁੰਦਰ ਮਿਸ਼ਨ ਦਾ ਸੰਚਾਲਨ ਕਰਨ ਵਾਲਾ 6ਵਾਂ ਦੇਸ਼ ਬਣਿਆ। ਭਾਰਤ ਅਤੇ UAE ਨੇ ਸਥਾਨਕ ਮੁੰਦਰਾ ਨਿਪਟਾਰਾ ਪ੍ਰਣਾਲੀ ਸ਼ੁਰੂ ਕੀਤੀ। ਭਾਰਤੀ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਦੀ ਮੇਜ਼ਬਾਨੀ ਕਰੇਗਾ। ਭਾਰਤ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਦੀ ਮੇਜ਼ਬਾਨੀ ਕਰੇਗਾ। ਭਾਰਤ ਪਹਿਲੀ ਵਾਰ ਕੋਲੰਬੋ ਪ੍ਰਕਿਰਿਆ ਦਾ ਚੇਅਰਪਰਸਨ ਬਣਿਆ। ਨੈਕਸਟ ਹੈ, ਹਾਲ ਹੀ ਵਿੱਚ ਯੂਰਪੀਅਨ ਕੌਂਸਲ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਯੂਰਪੀਅਨ ਕੌਂਸਲ, ਇਸ ਦੇ ਪ੍ਰਧਾਨ ਬਣੇ ਆ ਐਂਟੋਨੀਆ ਕੋਸਟਾ। ਆਪਸ਼ਨ ਬੀ ਇਸ ਦਾ ਰਾਈਟ ਆਨਸਰ। ਦੇਖ ਸਕਦੇ ਹੋ ਤੁਸੀਂ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਆ ਕੋਸਟਾ। ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਨਵੀਨ ਚੰਦਰ ਝਾਅ ਨੂੰ SBI ਜਨਰਲ ਇੰਸ਼ੋਰੈਂਸ ਦਾ MD ਅਤੇ CEO ਚੁਣਿਆ ਗਿਆ। ਪ੍ਰਦੀਪ ਸਿੰਘ ਖਰੋਲਾ NTA ਦੇ ਨਵੇਂ ਡਾਇਰੈਕਟਰ ਜਨਰਲ ਬਣੇ। ਗੌਰਵ ਬੈਨਰਜੀ ਸੋਨੀ ਪ੍ਰਿਕਸ ਦੇ MD ਅਤੇ CEO ਬਣੇ। ਮਿਨਰਲ ਕੁਮਾਰ ਦਾਸ ਨੂੰ ਖਪਤਕਾਰ ਵਿਭਾਗ ਵਿੱਚ ਡਾਇਰੈਕਟਰ ਚੁਣਿਆ ਗਿਆ। ਮਨੋਜ ਜੈਨ ਨੂੰ ਭਾਰਤ ਇਲੈਕਟ੍ਰੀਕਲ ਲਿਮਿਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ। ਸੰਜੇ ਮਾਰੀਵਾਲਾ ਨੇ IMC ਚੈਂਬਰ ਆਫ ਕਮਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਭਾਰਤੀ ਐਕਸਾ ਨੇ ਅਖਿਲ ਗੁਪਤਾ ਨੂੰ ਨਵਾਂ ਚੇਅਰਮੈਨ ਚੁਣਿਆ। ਨੈਸ਼ਨਲ ਡਿਸੂਜ਼ਾ ਨੇ ਮਿਲਟਰੀ ਇੰਸਟੀਚਿਊਟ ਆਫ ਟੈਕਨੋਲੋਜੀ ਪੁਣੇ ਦੇ ਕਮਾਂਡੈਂਟ ਵਜੋਂ ਅਹੁਦਾ ਸੰਭਾਲਿਆ। ਨੈਕਸਟ ਹੈ, ਨਿਆਂ ਪ੍ਰਦਾਨ ਕਰਨ ਲਈ ਹਾਲ ਹੀ ਵਿੱਚ ਪਹਿਲੀ ਗਵਾਹ ਸੁਰੱਖਿਆ ਯੋਜਨਾ ਕਿੱਥੇ ਸ਼ੁਰੂ ਕੀਤੀ ਗਈ ਹੈ? ਹਾਂਜੀ, ਨਿਆਂ ਪ੍ਰਦਾਨ ਕਰਨ ਦੇ ਲਈ ਪਹਿਲੀ ਗਵਾਹ ਸੁਰੱਖਿਆ ਯੋਜਨਾ ਕਿੱਥੇ ਸ਼ੁਰੂ ਕੀਤੀ ਗਈ ਹੈ? ਅਸਮ ਦੇ ਵਿੱਚ। ਦੇਖੋ, ਜਦੋਂ ਕਿਸੇ ਰਿਚ ਮੈਨ ਦਾ ਕੇਸ ਚੱਲਦਾ ਵਾ ਤਾਂ ਉਹ ਗਵਾਹਾਂ ਨੂੰ ਡਰਾਉਂਦਾ, ਧਮਕਾਉਂਦਾ, ਕਈ ਵਾਰ ਤਾਂ ਕਤਲ ਵੀ ਕਰ ਦਿੱਤਾ ਜਾਂਦਾ। ਤਾਂ ਅਸਮ ਗੌਰਮੈਂਟ ਨੇ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਤਾਂ ਕਿ ਜਦ ਤੱਕ ਕੇਸ ਆ ਜਿਹੜਾ ਸੋਲਵ ਨਹੀਂ ਹੋ ਜਾਂਦਾ ਉਸ ਸਮੇਂ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ, ਠੀਕ ਹੈ। ਇਸ ਦੇ ਤਹਿਤ ਹੁਣੇ ਅਸਮ ਨੇ ਸ਼ੁਰੂ ਕੀਤੀ ਆ। ਤਾਂ ਅਸਮ ਦੀ ਕੈਪੀਟਲ ਕੀ ਹੈ? ਦੇਸ਼ਪੁਰ।
ਇੱਥੋਂ ਦੇ ਚੀਫ ਮਿਨਿਸਟਰ ਕੌਣ ਆ? ਹਿਮੰਤਾ ਵਿਸ਼ਵ ਸ਼ਰਮਾ। ਗਵਰਨਰ ਆ ਗੁਲਾਬ ਚੰਦ ਕਟਾਰੀਆ। ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਅਸਮ ਤੀਜੇ ਨੰਬਰ 'ਤੇ ਆ। ਪਹਿਲੇ 'ਤੇ ਆ ਮੱਧ ਪ੍ਰਦੇਸ਼, ਦੂਜੇ 'ਤੇ ਆ ਅੰਡੇਮਾਨ ਨਿਕੋਬਾਰ, ਤੀਜੇ 'ਤੇ ਆ ਅਸਮ। ਠੀਕ ਹੈ, ਅਸਮ ਦੇ ਵਿੱਚ ਰਾਇਮੋਨਾ ਨੈਸ਼ਨਲ ਪਾਰਕ ਆ, ਉਰੰਗ ਨੈਸ਼ਨਲ ਪਾਰਕ ਆ, ਦੇਹਿੰਗ ਪਟਕਾਈ ਨੈਸ਼ਨਲ ਪਾਰਕ ਆ, ਨਮੇਰੀ ਨੈਸ਼ਨਲ ਪਾਰਕ ਆ, ਮਾਨਸ ਨੈਸ਼ਨਲ ਪਾਰਕ ਆ, ਡਿਬਰੂ ਸੇਖੋਵਾ ਨੈਸ਼ਨਲ ਪਾਰਕ ਆ, ਕਾਜ਼ੀਰੰਗਾ ਨੈਸ਼ਨਲ ਪਾਰਕ ਆ। ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਮ ਦੇ ਵਿੱਚ ਪੈਦਾ ਹੁੰਦੀ ਆ। ਪ੍ਰਧਾਨ ਮੰਤਰੀ ਮੋਦੀ ਨੇ ਅਸਮ ਦੇ ਯੁਰਹਾਟ ਵਿੱਚ ਲਚਿਤ ਬੋਰਫੁਕਨ ਦੀ 125 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅਸਮ ਅਤੇ ਅਰੁਣਾਚਲ ਪ੍ਰਦੇਸ਼ ਨੂੰ ਜੋੜਨ ਵਾਲੀ ਸੇਲਾ ਸੁਰੰਗ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗੁਹਾਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕੀਤਾ। ਨੈਕਸਟ ਹੈ, ਕੇਂਦਰੀ ਰੇਲਵੇ ਨੇ ਹਾਲ ਹੀ ਵਿੱਚ ਫਲੋਟਿੰਗ ਸੋਲਰ ਪਲਾਂਟ ਕਿੱਥੇ ਲਗਾਇਆ ਹੈ? ਕੇਂਦਰੀ ਰੇਲਵੇ ਨੇ ਫਲੋਟਿੰਗ ਸੋਲਰ ਪਲਾਂਟ ਲਗਾਇਆ ਵਾ ਮਹਾਰਾਸ਼ਟਰ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਮਹਾਰਾਸ਼ਟਰ ਦੇ ਵਿੱਚ ਇਗਟਪੁਰੀ ਝੀਲ 'ਤੇ ਕੇਂਦਰੀ ਰੇਲਵੇ ਨੇ ਫਲੋਟਿੰਗ ਸੋਲਰ ਪਲਾਂਟ ਲਗਾਇਆ। ਗ੍ਰੀਨ ਐਨਰਜੀ ਨੂੰ ਵਧਾਵਾ ਦੇਣ ਦੇ ਲਈ ਭਾਰਤੀ ਰੇਲਵੇ ਦਾ ਟਾਰਗੇਟ ਆ ਗ੍ਰੀਨ ਐਨਰਜੀ ਨੂੰ ਵਧਾਵਾ ਦੇਣਾ, ਅਤੇ ਇਸ ਦੇ ਲਈ ਉਸਨੇ ਫਲੋਟਿੰਗ ਸੋਲਰ ਪਲਾਂਟ ਸਥਾਪਿਤ ਕੀਤਾ ਮਹਾਰਾਸ਼ਟਰ ਦੇ ਵਿੱਚ। ਹੁਣ ਮਹਾਰਾਸ਼ਟਰ ਦੇ ਵਿੱਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ। ਚੀਫ ਮਿਨਿਸਟਰ ਆ ਏਕਨਾਥ ਸ਼ਿੰਦੇ। ਗਵਰਨਰ ਆ ਰਮੇਸ਼ ਬੈਂਸ। ਮਹਾਰਾਸ਼ਟਰ ਦੇ ਵਿੱਚ ਗੁਗਾਮਲ ਨੈਸ਼ਨਲ ਪਾਰਕ ਆ, ਬੋਰੀਬਿਲੀ ਨੈਸ਼ਨਲ ਪਾਰਕ ਆ, ਤਾਡੋਬਾ ਨੈਸ਼ਨਲ ਪਾਰਕ ਆ, ਚੰਦੌਲੀ ਨੈਸ਼ਨਲ ਪਾਰਕ ਆ, ਸੰਜੇ ਗਾਂਧੀ ਨੈਸ਼ਨਲ ਪਾਰਕ ਆ, ਨਵੇਂਗਾਓਂ ਨੈਸ਼ਨਲ ਪਾਰਕ ਆ, ਤਨਸਾ ਵਾਈਲਡਲਾਈਫ ਸੈਂਚੁਰੀ ਆ, ਲੋਨਾਰ ਝੀਲ ਆ, ਉਜ਼ਾਨੀ ਡੈਮ ਆ, ਜੈਕਵਾੜੀ ਡੈਮ ਆ, ਕੋਇਨਾ ਡੈਮ ਆ। ਭਾਰਤ ਵਿੱਚ ਮੂੰਗਫਲੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਵਿੱਚ ਹੁੰਦਾ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ। ਹਾਂਜੀ, ਇਸ ਦੇ ਨਾਲ ਹੁਣ ਅਸੀਂ ਕਰਦੇ ਹਾਂ ਇੰਪੋਰਟੈਂਟ ਕਰੰਟ ਅਫੇਅਰ ਦੀ ਰਿਵੀਜ਼ਨ। ਸਵੀਡਨ ਗਲੋਬਲ ਊਰਜਾ ਪਰਿਵਰਤਨ ਸੂਚਕਾਂਕ ਵਿੱਚ ਟੌਪ 'ਤੇ ਰਿਹਾ। ਭਾਰਤ ਬਹੁਰਾਸ਼ਟਰੀ ਹਵਾਈ ਅਭਿਆਸ ਤਰੰਗ ਸ਼ਕਤੀ ਦੀ ਮੇਜ਼ਬਾਨੀ ਕਰੇਗਾ। ਮੋਤੀਆਂ ਲਈ ਮਸ਼ਹੂਰ ਚੌਥੀ ਸਦੀ ਦਾ ਗੁਆਚਿਆ ਸੈਰ UAE ਦੇ ਵਿੱਚ ਲੱਭਿਆ ਗਿਆ। 2023 ਵਿੱਚ ਭਾਰਤ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਵਿੱਚ 23% ਦੀ ਗਿਰਾਵਟ ਆਈ। ਭੂਮੀਗਤ ਕੋਲਾ ਗੈਸੀਫਿਕੇਸ਼ਨ ਲਈ ਭਾਰਤ ਦਾ ਪਹਿਲਾ ਪਾਇਲਟ ਪ੍ਰੋਜੈਕਟ ਝਾਰਖੰਡ ਵਿੱਚ ਸ਼ੁਰੂ ਕੀਤਾ ਗਿਆ। IIT ਦਿੱਲੀ ਦੇ ਵਿਦਿਆਰਥੀ ਕਲਸ਼ ਗੁਪਤਾ ਨੇ ਦੁਨੀਆ ਦਾ ਪਹਿਲਾ ਸਭ ਤੋਂ ਵੱਡਾ ਕੋਡਿੰਗ ਮੁਕਾਬਲਾ ਜਿੱਤਿਆ। ਕਲਕੱਤਾ ਹਾਈ ਕੋਰਟ ਨੇ ਟਰਾਂਸਜੈਂਡਰਾਂ ਲਈ 1% ਨੌਕਰੀ ਦਾ ਰਾਖਵਾਕਰਨ ਕਰਨ ਨੂੰ ਹੁਕਮ ਦਿੱਤਾ ਜਾਂ ਐਲਾਨ ਕੀਤਾ। ਅਨਾਮਿਕਾ ਰਾਜੀਵ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਬਣੀ, ਵੈਰੀ ਇੰਪੋਰਟੈਂਟ। ਜਨਰਲ ਬਾਕਰ ਉਜ਼ ਜਮਾਨ ਨੂੰ ਬੰਗਲਾਦੇਸ਼ ਦਾ ਨਵਾਂ ਸੈਨਾ ਮੁਖੀ ਚੁਣਿਆ ਗਿਆ। ਕੋਜੀਕੋਡ ਯੂਨੈਸਕੋ ਦੀ ਸੂਚੀ ਵਿੱਚ ਭਾਰਤ ਦਾ ਪਹਿਲਾ ਸਾਹਿਤਕ ਸ਼ਹਿਰ ਬਣਿਆ। ਗਲੋਬਲ ਜੈਂਡਰ ਗੈਪ ਇੰਡੈਕਸ ਆਈਸਲੈਂਡ ਸਿਖਰ 'ਤੇ ਰਿਹਾ, ਭਾਰਤ 129ਵੇਂ ਸਥਾਨ 'ਤੇ ਰਿਹਾ। ਭਾਰਤ ਨੇ ਬੰਗਲਾਦੇਸ਼ ਵਿੱਚ ਇੱਕ ਨਵਾਂ ਕੌਂਸਲੈਂਟ ਖੋਲ੍ਹਣ ਦਾ ਐਲਾਨ ਕੀਤਾ। ਮੈਕਸ ਵਰਸਟੈਪਨ ਨੇ ਸਪੈਨਿਸ਼ ਗ੍ਰਾਂ ਪ੍ਰੀ ਜਿੱਤਿਆ। ਕੇਰਲ ਦਾ ਕੋਜੀਕੋਡ ਯੂਨੈਸਕੋ ਦੀ ਸੂਚੀ ਵਿੱਚ ਭਾਰਤ ਦਾ ਪਹਿਲਾ ਸਾਹਿਤਕ ਸ਼ਹਿਰ ਐਲਾਨਿਆ ਗਿਆ। ਦੁਨੀਆ ਦੇ ਸਭ ਤੋਂ ਪੁਰਾਣੇ ਦਿਮਕ ਦੇ ਟਿੱਲੇ ਦੱਖਣੀ ਅਫਰੀਕਾ ਦੇ ਵਿੱਚ ਮਿਲੇ। ਵਿਨੋਦ ਗਨਾਤਰਾ ਨੂੰ ਨੈਲਸਨ ਮੰਡੇਲਾ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ। ਪੂਜਾ ਤੋਮਰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਹਰਿਆਣਾ ਸਰਕਾਰ ਦੁਆਰਾ ਇੱਕ ਵਿਸ਼ੇਸ਼ ਪ੍ਰਵਾਸੀ ਭਾਰਤੀ ਸੈੱਲ ਦੀ ਸਥਾਪਨਾ ਕੀਤੀ ਗਈ। ਉੱਤਰ ਪ੍ਰਦੇਸ਼ ਵਿੱਚ ਦੁਨੀਆ ਦਾ ਪਹਿਲਾ ਏਸ਼ੀਅਨ ਕਿੰਗ ਵੁਲਚਰ ਬਰੀਡਿੰਗ ਸੈਂਟਰ ਸਥਾਪਿਤ ਕੀਤਾ ਗਿਆ।
ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਅੱਜ ਦੀ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।